ਸੰਗਤ ਜੀ, ਆਓ ਜਾਣਦੇ ਹਾਂ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਪੁਰਾਣੇ ਨਾਂਦੇੜ ਸ਼ਹਿਰ ਦੇ ਅੰਦਰ ਹੈ। ਇਸ ਦੇ ਨਾਮ ਤੋਂ ਪਤਾ ਚੱਲਦਾ ਹੈ ਕਿ ਨਾਂਦੇੜ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਥੇ ਆਉਣ ਤੋਂ ਪਹਿਲਾਂ ਸਿੱਖ ਸੰਗਤ ਮੌਜੂਦ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਂਦੇੜ ਪਹੁੰਚਣ 'ਤੇ ਇੱਥੇ ਠਹਿਰੇ ਸਨ। ਗੁਰਦੁਆਰਾ ਸ਼੍ਰੀ ਮਾਲ ਟੇਕਰੀ ਸਾਹਿਬ ਵਿਖੇ ਮਿਲੇ ਖਜ਼ਾਨੇ ਨੂੰ ਭਾਈ ਧਰਮ ਸਿੰਘ ਅਤੇ ਭਾਈ ਦਿਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਆਏ 300 ਤੋਂ ਵੱਧ ਯੋਧਿਆਂ ਵਿੱਚ ਵੰਡਣ ਲਈ ਲਿਆਂਦਾ ਸੀ। ਫੌਜਾਂ ਆਪਣੇ ਲੰਮੇ ਸਮੇਂ ਤੋਂ ਬਕਾਇਆ ਤਨਖਾਹ ਦੀ ਮੰਗ ਕਰ ਰਹੀਆਂ ਸਨ। ਇਸ ਲਈ ਇਸ ਸਥਾਨ 'ਤੇ ਗੁਰੂ ਜੀ ਨੇ ਆਪਣੀਆਂ ਅਤੇ ਬਹਾਦਰ ਸ਼ਾਹ ਦੀਆਂ ਮੁਗਲ ਫੌਜਾਂ ਨੂੰ ਖੁੱਲ੍ਹੇ ਦਿਲ ਨਾਲ ਪੈਸਾ ਵੰਡਿਆ। ਦੋਵੇਂ ਪੰਜ ਪਿਆਰੇ ਗੁਰਦੁਆਰਾ ਸ਼੍ਰੀ ਮਾਲ ਟੇਕਰੀ ਸਾਹਿਬ ਗਏ। ਇੱਥੇ ਖਜ਼ਾਨਾ ਪੁੱਟ ਕੇ ਬੈਲ ਗੱਡੀਆਂ 'ਤੇ ਵਾਪਸ ਲਿਆਂਦਾ ਗਿਆ। ਇਹ ਖਜ਼ਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਰੇਕ ਯੋਧੇ ਨੂੰ ਢਾਲ ਦੇ ਕੇ ਵੰਡਿਆ ਸੀ ਅਤੇ ਅਜੇ ਵੀ ਇਸ ਦਾ ਇੱਕ ਹਿੱਸਾ ਬਚਿਆ ਸੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਥਾਂ 'ਤੇ ਨੇੜੇ ਦਫਨਾਉਣ ਦਾ ਹੁਕਮ ਦਿੱਤਾ ਜਿੱਥੇ ਇਹ ਮਿਲਿਆ ਸੀ। ਜਿਸ ਢਾਲ ਨਾਲ ਖਜ਼ਾਨਾ ਵੰਡਿਆ ਗਿਆ ਸੀ ਉਹ ਅੱਜ ਵੀ ਇਸ ਗੁਰਦੁਆਰੇ ਵਿੱਚ ਰੱਖਿਆ ਹੋਇਆ ਹੈ ਅਤੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ। ਵਾਹਿਗੁਰੂ ਜੀ, ਭੁੱਲ ਚੁੱਕ ਮਾਫ਼ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।